21 ਸਾਲ ਦੀ ਕੁੜੀ ਨੂੰ ਸਕੂਟੀ ਤੇ ਜਾਂਦੀ ਨੂੰ ਟਰੱਕ ਦੇ ਵੱਲੋਂ ਅਜਿਹੀ ਟੱਕਰ ਮਾਰੀ ਗਈ ਕਿ ਘਰ ਦੀਆਂ ਖੁਸ਼ੀਆਂ ਤਾਂ ਖਤਮ ਹੋਈਆਂ ਹੀ, ਨਾਲ ਹੀ ਇਸ ਦੇ ਸਾਰੇ ਚਾਅ ਤੇ ਸਧਰਾਂ ਮੁੱਕ ਗਈਆਂ ਜੋ ਉਹਨਾਂ ਆਪਣੀ ਜਵਾਨ ਧੀ ਦੇ ਲਈ ਦੇਖੀਆਂ ਸਨ। ਦਸੂਹਾ ਬੱਸ ਸਟੈਂਡ ਦੇ ਠੀਕ ਸਾਹਮਣੇ ਇਹ ਹਾਦਸਾ ਹੋਇਆ, ਜਿੱਥੇ ਇੱਕ ਕੁੜੀ ਜੋ ਕਿ ਸਲੂਨ ਤੇ ਕੰਮ ਕਰਨ ਦੇ ਲਈ ਜਾ ਰਹੀ ਸੀ, ਉਦੋਂ ਹੀ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਕੁੜੀ ਟਰੱਕ ਦੇ ਟਾਇਰ ਦੇ ਹੇਠਾਂ ਆ ਗਈ ਅਤੇ ਉਸਦੀ ਜਾਨ ਚਲੀ ਗਈ। ਦੱਸ ਦਈਏ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕਾਂ ਦੀ ਪਹਿਚਾਣ ਹਾਜੀਪੁਰ ਥਾਣਾ ਦੇ ਖੇਤਰ ਬੱਬੋਵਾਲ ਦੀ ਰਹਿਣ ਵਾਲੀ ਅੰਕਿਤਾ ਦੇ ਰੂਪ ਦੇ ਵਜੋਂ ਕੀਤੀ ਗਈ ਹੈ, ਜੋ ਕਿ ਸਲੂਨ 'ਤੇ ਕੰਮ ਕਰਦੀ ਸੀ। ਸਵੇਰ ਦੇ ਸਮੇਂ ਸਕੂਟੀ 'ਤੇ ਸਵਾਰ ਹੋ ਕੇ ਉਹ ਚੰਗੀ ਭਲੀ ਘਰ ਤੋਂ ਨਿਕਲੀ ਸੀ ਕਿ ਬੱਸ ਸਟੈਂਡ ਦੇ ਸਾਹਮਣੇ ਹੀ ਜਾਂਦੇ ਉਸਨੂੰ ਟੱਕਰ ਮਾਰੀ ਗਈ ਅਤੇ ਸਾਰਾ ਸਮਾਨ ਵੀ ਉਸਦਾ ਖਿੰਡ ਗਿਆ ਅਤੇ ਲੋਕ ਇਕੱਠੇ ਹੋਣ ਤੋਂ ਬਾਅਦ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਸ ਕੁੜੀ ਨੇ ਦਮ ਤੋੜ ਦਿੱਤਾ। ਘਟਨਾ ਸਥਾਨ 'ਤੇ ਪੁਲਿਸ ਅਤੇ ਰਾਹਗੀਰ ਇਕੱਠੇ ਹੋ ਗਏ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ SI ਮਹਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਸਕੂਟੀ 'ਤੇ ਜਾ ਰਹੀ ਸੀ ਅਤੇ ਇਸ ਦੇ ਵਿੱਚ ਲੋਕਾਂ ਦਾ ਵੀ ਕਹਿਣਾ ਕਿ ਟਰੱਕ ਵਾਲੇ ਦਾ ਕਸੂਰ ਸੀ, ਜਿਸ ਤੋਂ ਬਾਅਦ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਜਾਰੀ ਹੈ। ਸ਼ਾਇਦ ਮੈਂ ਕੀ ਜਾਣਕਾਰੀ ਦੇਖੋ ਜੀ, ਸਾਡੇ ਕੋਲ ਪ੍ਰਾਈਵੇਟ ਐਂਬੂਲੈਂਸ 'ਚ ਇੱਕ ਪੇਸ਼ੈਂਟ ਆਇਆ ਸੀਗਾ, ਅਨਨੋਨ ਪੇਸ਼ੈਂਟ ਸੀਗਾ, ਫੀਮੇਲ ਸੀਗੀ, ਯੰਗ ਏਜ ਸੀਗੀ, ਅਪਰੋਕਸੀਮੇਟਲੀ ਏਜ 20-30 ਦੇ ਵਿੱਚ ਸੀਗੀ ਉਹਦੀ ਏਜ। ਤਾਂ ਸਾਡੇ ਕੋਲ ਬਰੋਡਡ ਆਈ ਸੀਗੀ, ਤਾਂ ਕਹਿੰਦੀ ਹੈ ਕਿ ਉਹਦੇ ਟਰੱਕ ਦੇ ਨਾਲ ਟੱਕਰ ਵਗੈਰਾ ਹੋਈ ਹੈ, ਸਕੂਟੀ 'ਤੇ ਸੀਗੀ ਕੁੜੀ। ਤਾਂ ਸਾਡੇ ਕੋਲ ਬਰੋਡਡ ਆਈ ਹੈ ਤਾਂ ਅਸੀਂ ਅੱਗੇ PI ਭੇਜ ਦਿੱਤੀ ਹੋਈ ਹੈ। ਅਨਨੋਨ ਪੇਸ਼ੈਂਟ ਆ, ਸਾਨੂੰ ਨਹੀਂ ਪਤਾ ਕਿਸ ਏਰੀਏ ਦਾ ਰਹਿਣ ਵਾਲਾ, ਅਤੇ ਅਸੀਂ ਹੁਣ ਮੌਤ 'ਚ ਬੋਡੀ ਰਖਵਾ ਦਿੱਤੀ ਹੋਈ ਉਹਦੀ। ਜੋ ਵੀ ਉਹਦੀ ਅੱਗੋਂ ਇਨਫੋਰਮੇਸ਼ਨ ਹੋਏਗੀ ਪੁਲਿਸ ਕਾਰਵਾਈ ਜੋ ਵੀ ਉਹ ਕਰਨਗੇ, ਉਸ ਹਿਸਾਬ ਨਾਲ ਉਹਦੇ ਅਗਰ ਅਟੈਂਡੈਂਟ ਜੋ ਵੀ ਉਹਦੇ ਮਦਰ ਫਾਦਰ ਆ ਕਿਤੋਂ ਵੀ ਸਾਨੂੰ ਪਤਾ ਲੱਗਦਾ ਤਾਂ ਉਹ ਉਹਨਾਂ ਨੂੰ ਉਦੋਂ ਹੈਂਡ ਓਵਰ ਕਰਨਾ ਨਹੀਂ ਸੀ। ਉਹਦਾ ਬੇਸਿਕਲੀ ਪੋਸਟਮਾਰਟਮ ਜ਼ਰੂਰ ਉਹਦਾ ਹੋਏਗਾ। ਅੱਜ ਸਵੇਰੇ ਬੱਸ ਸਟੈਂਡ ਦਸੂਹਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਇੱਕ ਸਕੂਟਰੀ ਅਤੇ ਟਰੱਕ ਦਾ, ਜਿਹਦੇ ਵਿੱਚ ਲੜਕੀ ਸੀ ਅੰਕਿਤਾ ਡਾਟਰ ਆਫ ਮਨਜੀਤ ਸਿੰਘ, ਵਾਸੀ ਬੱਬੋਵਾਲ ਪਿੰਡ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ, ਉਮਰ ਕਰੀਬ 21 ਸਾਲ। ਉਹ ਆਪਣੇ ਸਲੂਨ ਵਿੱਚ ਕੰਮ ਕਰਦੀ ਸੀ, ਸਲੂਨ ਤੋਂ ਆਪਣੀ ਸਕੂਟਰੀ 'ਤੇ ਕਿਤੇ ਬਾਹਰ ਜਾ ਰਹੀ ਅਤੇ ਜਾਂਦੇ ਹੋਏ ਬੱਸ ਸਟੈਂਡ ਦੇ ਵਿੱਚ ਟਰੱਕ ਨਾਲ ਟਕਰਾਈ, ਜਿਸ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਹੋਸਪਿਟਲ ਡੈੱਡ ਬੋਡੀ ਪਜਾ ਦਿੱਤੀ ਗਈ ਹੈ, ਟਰੱਕ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਪੋਸਟਮਾਰਟਮ ਜੋ ਵੀ ਕਾਰਵਾਈ ਜਨਾਂ 'ਤੇ ਹੋਊਗੀ ਉਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।